बिस्मिल्लाहिर्रहमानिर्रहीम। अस्सलाम वालेकुम जी मेरे प्यारे YouTube फैमिली में कादिया कैडेटन हो गए। ਤੁਸੀਂ ਦੇਖ ਰਹੇ ਹੋ ਮੇਰੇ ਯੂਟਿਊਬ ਚੈਨਲ ਆਮੀਨਾ ਸ਼ਹਿਜ਼ਾਦੀ ਤੇ ਮੇਰੀ ਦੁਆ ਤੁਸੀਂ ਜਿੱਥੇ ਰਹੋ ਦੱਸਦੇ ਰਹੋ ਵਾਸਤੇ ਰਹੋ ਸ਼ਾਦ ਰਹੋ ਹਮੇਸ਼ਾ ਬਾਦ ਰਹੋ। ਅਗਰ ਕਿਸੇ ਦੇ ਘਰ ਪਰੇਸ਼ਾਨੀ ਆ ਅੱਲਾਹ ਤਾਲਾ ਦੇ ਹਬੀਬ ਦੇ ਸਦਕੇ ਦੂਰ ਆਇਆ ਅੱਲਾਹ ਮੈਂ ਕੋਲ ਕਾਇਨਾਤ ਕਰ ਬਾਤ ਕਰੋ ਪਾਇਆ ਮੀਨ ਸਵਾਮੀ। ਤੇ ਜਿਹੜੇ ਮੇਰੇ ਪਿਆਰੇ ਭੈਣ ਭਾਈ ਮੇਰੇ ਚੈਨਲ ਤੇ ਨਿਊ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਦੇ ਬਟਨ ਦਬਾ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਹਰ ਵੀਡੀਓ ਬਾਅਦ ਆਉਂਦਾ ਮੇਰੇ ਪਿਆਰੇ ਭੈਣ ਭਾਈ ਪਹੁੰਚ ਸਕਦਾ। ਹਾਂਜੀ ਗਾਇਜ਼ ਚਲੋ ਤੁਹਾਡੀਆਂ ਦੁਆਵਾਂ ਨਾਲ ਕਰਦਾ ਵਲੌਗ ਸ਼ੁਰੂ। ਹਾਂਜੀ ਗਾਇਜ਼ ਅੱਜ ਆਪਾਂ ਬੜੀ ਆਸਾਨ ਦੀ ਰੈਸਿਪੀ ਤੇ ਮਜ਼ੇਦਾਰ ਰੈਸਿਪੀ ਬਣਾਉਣ ਲੱਗੇ ਹਾਂ। ਉਹ ਕੀ ਆ ਉਹ ਵੀ ਚਲੋ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਤੇ ਵੀ ਤੁਹਾਨੂੰ ਪਤਾ ਤੁਹਾਡੇ ਕਿੰਨਾ ਟਾਈਮ ਲੱਗਦਾ ਵਾ ਤੇ ਕਿੰਨਾ ਨਹੀਂ, ਪਰ ਮੇਰੇ ਅੰਦਾਜ਼ੇ ਨਾਲ ਸਿਰਫ ਅੱਧਾ ਘੰਟਾ ਮਸੇ ਲੱਗੂ। ਹਾਂਜੀ ਗਾਇਜ਼ ਚਲੋ ਹੁਣ ਤੁਹਾਨੂੰ ਮੈਂ ਆਸਾਨ ਦੀ ਰੈਸਿਪੀ ਮੁਰੱਬਾ ਬਣਾ ਲਈ ਕਿ ਰੈਸਿਪੀ ਨਹੀਂ ਠੀਕ ਹੈ ਗਾਇਜ਼। ਦੇਖੋ ਮੈਂਗੋ ਕੱਚੇ ਕੱਚੇ ਆਮ ਠੀਕ ਹੋ ਗਿਆ ਗਾਇਜ਼। ਇਹਨਾਂ ਨੂੰ ਹੁਣ ਆਪਾਂ ਉੱਪਰੋਂ ਛਿਲਕਾ ਉਤਾਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਛਿਲਕਾ ਉਤਾਰਾਂਗੇ, ਰਿਮੂਵ ਕਰਾਂਗੇ ਇਹਨਾਂ ਦਾ ਛਿਲਕਾ, ਫਿਰ ਦੇਖਦੇ ਹਾਂ ਇਹਨਾਂ ਨੂੰ ਆਪਾਂ ਕੀ ਕਰਾਂਗੇ ਤੇ ਕੀ ਨਹੀਂ। ਚਲੋ ਲੈਟਸ ਗੋ। ਹਾਂਜੀ ਗਾਇਜ਼ ਕਮਰੇ 'ਚ ਆ ਗਏ ਹਾਂ। ਬਿਸਮਿਲ੍ਲਾ ਨੂੰ ਕਿਹਾ ਵਾ, ਸੋਰੀ ਆਇਸ਼ਾ ਨੂੰ ਕਿਹਾ ਵਾ, ਸਾਹਮਣੇ ਨਾ ਵੀ ਬੈਠੀ ਆ ਮਜ਼ੇ ਨਾਲ ਅੰਬੀਆਂ ਛੇ ਰਹੀ ਆ। ਇੱਧਰ ਇੱਧਰ ਆਮਨਾ ਮੈਡਮ ਕਰੀ ਆ ਸਫਾਈਆਂ। ਹੈਲੋ ਗਾਇਜ਼ ਕੀ ਹਾਲ ਹੈ, ਠੀਕ ਹੋ? ਔਰ ਸਾਹਮਣੇ ਏਸੀ ਗਾਇਜ਼ 24 ਤੇ 40 ਆ ਵਾ, ਠੀਕ ਹੋ ਗਿਆ। ਬਿਸਮਿਲ੍ਲਾ ਹੁਣ ਮੈਂ ਕਹਿੰਦੀ ਹਾਂ ਜਲਦੀ ਜਲਦੀ ਕਰ ਲਾ ਤਾਂ ਕਿ ਆਪਾਂ ਫਿਰ ਇਹਨਾਂ ਨੂੰ ਕੱਟੀਏ ਤੇ ਜਲਦੀ ਜਲਦੀ ਨਾਲ ਮੁਕੰਮਲ ਕਰੀਏ। ਬਾਜੀ ਆਇਓ ਤੁਸੀਂ। ਹਾਂ ਚੱਲ ਮੈਂ ਤੇਰੀ ਹੈਲਪ ਕਰਾਵਾਂ ਹੁਣ। ਆਇਓ ਚੱਲ। ਹਾਂਜੀ ਗਾਇਜ਼ ਚਲੋ ਹੁਣ ਆਪਾਂ ਅੰਬੀਆਂ ਦੇ ਆ ਬਿਸਮਿਲ੍ਲਾ ਛਿਲਕੇ ਉਤਾਰੇ ਤੇ ਦੇਖੋ ਮੈਂ। ਹਾਂਜੀ ਗਾਇਜ਼ ਤੁਸੀਂ ਖਾਣਾ ਤਿਆਰ ਹੀ ਹੋ? ਹਾਂ ਹਾਂ ਹਲੇ ਬਣੇ ਤੇ ਸਹੀ ਤੇ ਗਾਇਜ਼ ਇਹਨਾਂ ਨੂੰ ਮੈਂ ਉਹਨਾਂ ਇੱਦਾਂ ਲੰਬੇ ਲੰਬੇ ਫਿਰ ਕੱਟਾਂਗੇ ਤੇ ਫਿਰ ਇਹਨਾਂ ਨਾਲ ਆਪਾਂ ਚਿਪਸ ਤਾਂ ਇੱਦਾਂ ਇਹਨਾਂ ਨੂੰ ਬਰੀਕ ਬਰੀਕ ਕਰਕੇ ਨਾ ਅੰਬ ਨੂੰ ਕੱਟ ਲੈਣਾ ਵਾ। ਬਸ ਤੁਸੀਂ ਸਾਡੀ ਵੀਡੀਓ ਪੂਰੀ ਦੇਖੋ ਪਲੀਜ਼, ਔਰ ਤੁਹਾਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਉਹਨਾਂ ਸਪੋਰਟ ਕਰੋ। ਹਾਂਜੀ ਗਾਇਜ਼ ਦੇਖੋ ਤੁਸੀਂ ਅਸੀਂ ਅੰਬੀਆਂ ਛਿਲਕੇ ਉਤਾਰ ਕੇ ਠੀਕ ਹੋ ਗਏ ਗਾਇਜ਼। ਇੱਕ ਇਹਨਾਂ ਨੂੰ ਵਾਸ਼ ਨਹੀਂ ਕਰਨਾ, ਛਿਲਕੇ ਉਤਾਰਨ ਤੋਂ ਪਹਿਲੇ ਹੀ ਇਹਨਾਂ ਨੂੰ ਧੋ ਲੈਣਾ ਠੀਕ ਹੋ ਗਿਆ ਤੇ ਡਿਪ ਟ੍ਰੇਨ ਦੀ ਬਿਲਕੁਲ ਵਿੱਚ ਪਾਣੀ ਨਹੀਂ। ਚਲੋ ਹੁਣ ਆਓ ਅੱਗੇ ਕੈਮਰਾਮੈਨ ਨਜ਼ਦੀਕ ਆ, ਹੁਣ ਤੁਹਾਨੂੰ ਦੱਸਦੇ ਆਪਾਂ ਅੱਗੇ ਕੀ ਕਰਾਂਗੇ। ਹਾਂਜੀ ਗਾਇਜ਼ ਇੱਕ ਡਿੱਬਾ ਮੈਂ ਲਿਆ ਵਾ ਤੇ ਹੁਣ ਅੰਬੀਆਂ ਦੇ ਮੈਂ ਨਾ ਐਡ ਕਰਦੀਆਂ ਵਾ, ਹੁਣ ਨਾ ਮੈਂ ਕਰਾਂਗੀ ਵਿੱਚ ਚੀਨੀ ਐਡ। ਔਰ ਆਮਨਾ ਮੈਡਮ ਵੀ ਮੇਰੀ ਥੋੜੀ ਜਿਹੀ ਹੈਲਪ ਕਰਨ ਦੀ ਹੈ ਬਣਾਉਣ 'ਚ। ਇਹ ਤਾਂ ਮੈਂ ਨਹੀਂ ਫਰਾਈ ਕੀਤਾ ਤਾਂ ਉਹਦਾ ਫਰਾਈ ਕਰਨਾ ਹੁਣ ਆਪਾਂ ਨੂੰ ਪੂਰੇ ਅੱਧੇ ਘੰਟੇ ਬਾਅਦ ਜ਼ਿਆਦਾ ਢਾਲਦੀ ਹੈ। ਨਹੀਂ ਕੁਝ ਨਹੀਂ ਹੁੰਦਾ, ਠੀਕ ਹੈ ਚਾਸ ਜ਼ਿਆਦਾ ਚਾਸ ਕੇ ਕੀ। ਹਾਂਜੀ ਜਾਂ ਗਾਇਜ਼ ਅਗਰ ਚਾਸ ਜ਼ਿਆਦਾ ਖਾਣੀ ਤਾਂ ਫਿਰ ਉਹ ਜ਼ਿਆਦਾ ਚੀਨੀ ਡਾਲਣੇ, ਅਗਰ ਆਪਾਂ ਕੋ ਆਪ ਨੂੰ ਚਾਸ ਕਮ ਪਸੰਦ ਹੈ ਤਾਂ ਥੋੜ੍ਹੀ ਡਾਲਣੇ। ਤਾਂ ਗਾਇਜ਼ ਹੁਣ ਇਹਨੂੰ ਆਪਾਂ ਪੂਰੇ ਅੱਧੇ ਘੰਟੇ ਵਾਸਤੇ ਟਾਈਮ ਦਿੰਦੇ ਹਾਂ ਇਹਨੂੰ ਆਪਾਂ 6 ਮਿੰਟ ਦਾ 10 ਮਿੰਟ ਜੀ ਆਇਦਾ ਆਧਾ ਘੰਟਾ ਕਾਫੀ ਹੈ। ਹਾਂ ਆਧਾ ਓਕੇ ਗਾਇਜ਼ ਬਾਅਦ ਚ ਮਿਲਦੇ ਹਾਂ। ਹਾਂਜੀ ਗਾਇਜ਼ ਚਲੋ ਜੀ ਆਪਣਾ ਅੱਧਾ ਘੰਟਾ ਹੋ ਗਿਆ ਵਾ ਮੁਕੰਮਲ ਤੇ ਚਲੋ ਹੁਣ ਆਪਾਂ ਬਿਸਮਿਲ੍ਲਾਹਿਰਰਹਮਾਨਿਰਰਹੀਮ ਟੱਕਣ ਉੱਪਰ ਉਤਾਰ ਲੈਂਦੇ। ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਚੀਨੀ ਸੀ ਦੇਖੋ ਕਿੱਦਾਂ ਨਾਲ ਚਿਪਕ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਹਾਂ ਠੀਕ ਹੋ ਗਿਆ ਨਾ। ਲੋ ਗਾਇਜ਼ ਆਪਾਂ ਇਹਦੇ ਚ ਨਾ ਐਡ ਕਰਕੇ ਆ ਤੇ ਸੋਨਾ ਫੇਂ ਦੇ ਉੱਪਰ ਰੱਖ ਦਿਆ ਸਿਮਰ ਦੇ ਜਾ। ਬਿਸਮਿਲ੍ਲਾ ਥਮਸ ਠੀਕ ਹੋ ਹਾਂਜੀ
ਫੈਮਿਲੀ ਗਾਇਸ ਗੈਸ ਆਪਣੇ ਨੀਚੇ ਚਾ ਰਹੀ ਹੈ ਤੇ ਉੱਪਰ ਆਪਾਂ ਰੱਖਤਾ ਵਾ ਠੀਕ ਹੋ ਗਿਆ ਫਰਾਈ ਪੈਨ ਉੱਪਰ ਰੱਖਤਾ ਵਾ ਤੇ ਹੁਣ ਦੇਖੋ ਆਸਤਾ ਆਸਤਾ ਇੰਨੀ ਚਾਸ ਬਣੇਗੀ ਜਿਹੜੀ ਉੱਪਰ ਚੀਨੀ ਹੈ ਤੇ ਫਿਰ ਆਸਤਾ ਆਸਤਾ ਆਪਣਾ ਮੁਰੱਬਾ ਹੋ ਜਾਏਗਾ ਤਿਆਰ ਹਾਂਜੀ ਗਾਇਸ ਆਪਣੀ ਚਾਸ ਦੇਖੋ ਬਣੀ ਹੋ ਗਿਆ ਤਿਆਰ ਤੇ ਜਿਹਦਾ ਦੇਖੋ ਆਸਤਾ ਆਸਤਾ ਨਾਲ ਚਿਪਕਣ ਲੱਗ ਪਏਗੀ ਨਾ ਤਾਰ ਬਣਨ ਲੱਗ ਪਏਗੀ ਤੇ ਉਦੋਂ ਸਮਝੋ ਆਪਣਾ ਮੁਰੱਬਾ ਵੀ ਅੱਛੇ ਤਰੀਕੇ ਨਾਲ ਹੋ ਗਿਆ ਤਿਆਰ ਪਰ ਹਾਲੇ ਹਾਫ ਆ ਹਾਲੇ ਅੱਛੇ ਤਰੀਕੇ ਨਾਲ ਤਿਆਰ ਨਹੀਂ ਹੋਇਆ ਗਰਮੀ ਬਹੁਤ ਜਿੰਨੀ ਜਲਦੀ ਹੋ ਸਕੇ ਨਾ ਪਲੀਜ਼ ਹੋਣੀ ਜਲਦੀ ਕਰ ਲਾ ਦੇਖੋ ਗਾਇਜ਼ ਆਪਣਾ ਕਿੰਨੇ ਅੱਛੇ ਤਰੀਕੇ ਨਾਲ ਤਿਆਰ ਹੋ ਗਿਆ ਵਾ ਤੇ ਹੁਣ ਕਰਦੇ ਵੀਡੀਓ ਦੇ ਐਂਡ ਅਗਰ ਮੇਰੇ ਪਿਆਰੇ ਭੈਮਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੀ ਲਾਈਕ ਔਰ ਸਬਸਕ੍ਰਾਈਬ ਕਰੋ ਤਾਂ ਕਿ ਆ ਰਹੇ ਵੀਡੀਓ ਬਸ ਆ ਨਾਲ ਮੇਰੇ ਪਿਆਰੇ ਭੈਮਈਆਂ ਨੂੰ ਪਹੁੰਚ ਸਕੇ ਮਿਲਾਂਗੇ ਅਗਲੀ ਵੀਡੀਓ ਚਲਾ ਪਲੀਜ਼